ਯੀਸ਼ੂ ਨੇ ਕਿਹਾ, ਇੱਕ ਮਨੁੱਖ ਦੇ ਦੋ ਬੇਟੇ ਸਨ। ਛੋਟੇ ਬੇਟੇ ਨੇ ਆਪਣੇ ਪਿਤਾ ਨੂੰ ਕਿਹਾ, ਮੈਨੂੰ ਮੇਰੀ ਜਦਾਇਤ ਦਾ ਜੋ ਹਿੱਸਾ ਹੈ ਉਹ ਮੈਨੂੰ ਦੇ ਦਿਓ। ਤਾਂ ਪਿਤਾ ਨੇ ਜਦਾਇਤ ਨੂੰ ਆਪਣੇ ਦੋਹਾਂ ਬੇਟਿਆਂ ਵਿੱਚ ਵੰਡ ਦਿੱਤਾ। ਥੋੜ੍ਹੇ ਸਮੇਂ ਬਾਅਦ ਛੋਟਾ ਬੇਟਾ ਆਪਣੀ ਜਦਾਇਤ ਦਾ ਹਿੱਸਾ ਲੈ ਕੇ ਦੂਜੇ ਦੇਸ਼ ਨੂੰ ਚਲਿਆ ਗਿਆ। ਉਸਨੇ ਉੱਥੇ ਜਾ ਕੇ ਭੈੜਿਆਂ ਕੰਮਾਂ ਵਿੱਚ ਆਪਣਾ ਸਾਰਾ ਧਨ ਖਤਮ ਕਰ ਦਿੱਤਾ। ਉਸ ਤੋਂ ਬਾਅਦ ਉਸ ਦੇਸ਼ ਵਿੱਚ ਭਾਰੀ ਅਕਾਲ ਪੈ ਗਿਆ। ਛੋਟਾ ਬੇਟਾ ਔਖੀ ਹਾਲਤ ਵਿੱਚ ਸੀ। ਤਾਂ ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ। ਤਾਂ ਉਸਨੇ ਉਸਨੂੰ ਆਪਣੇ ਖੇਤਾਂ ਵਿੱਚ ਸੂਰ ਚਾਲਣ ਲਈ ਭੇਜਿਆ। ਮੁੰਡਾ ਇੰਨਾ ਭੁੱਖਾ ਸੀ ਕਿ ਜਿਹੜੀਆਂ ਫਲੀਆਂ ਸੂਰ ਖਾਂਦੇ ਸਨ ਉਹ ਵੀ ਉਹੀ ਖਾਂਦਾ ਸੀ। ਪਰ ਕਿਸੇ ਨੇ ਉਸਨੂੰ ਖਾਣ ਲਈ ਕੁਝ ਨਾ ਦਿੱਤਾ। ਤਾਂ ਉਸਨੂੰ ਮਹਿਸੂਸ ਹੋਇਆ ਅਤੇ ਉਸਨੇ ਸੋਚਿਆ, ਮੇਰੇ ਪਿਤਾ ਦੇ ਨੌਕਰਾਂ ਕੋਲ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਤਾਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। ਮੈਂ ਇੱਥੋਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਅਤੇ ਜਾ ਕੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਪਰਮੇਸ਼ਵਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਮੈਂ ਤਾਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਵੀ ਨਹੀਂ ਹਾਂ, ਇਸ ਲਈ ਤੁਸੀਂ ਮੈਨੂੰ ਇੱਕ ਨੌਕਰ ਦੀ ਤਰ੍ਹਾਂ ਹੀ ਰੱਖ ਲਵੋ। ਸੋ ਉਹ ਉੱਠਿਆ ਅਤੇ ਆਪਣੇ ਪਿਤਾ ਦੇ ਕੋਲ ਗਿਆ। ਜਦੋਂ ਬੇਟਾ ਹਾਲੇ ਦੂਰ ਹੀ ਸੀ, ਉਸਦੇ ਪਿਤਾ ਨੇ ਉਸ ਨੂੰ ਆਉਂਦਿਆਂ ਵੇਖਿਆ ਅਤੇ ਉਸ ਵਾਸਤੇ ਦੁੱਖ ਮਹਿਸੂਸ ਕੀਤਾ। ਬੇਟੇ ਨੇ ਉਸਨੂੰ ਆਖਿਆ, ਪਿਤਾ ਜੀ। ਉਹ ਉਸ ਵੱਲ ਭੱਜਿਆ ਅਤੇ ਉਸਨੂੰ ਗਲ ਨਾਲ ਲਾ ਕੇ ਉਸਨੂੰ ਚੁੰਮਿਆ। ਬੇਟੇ ਨੇ ਉਸਨੂੰ ਆਖਿਆ, ਪਿਤਾ ਜੀ, ਮੈਂ ਪਰਮੇਸ਼ਵਰ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਬੇਟਾ ਕਹਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ਛੇਤੀ ਨਾਲ ਜਾਓ ਤੇ ਸਭ ਤੋਂ ਵਧੀਆ ਕੱਪੜੇ ਲਿਆਓ ਅਤੇ ਉਸਨੂੰ ਪਵਾਓ। ਉਸਦੀ ਉਂਗਲ 'ਚ ਛਾਪ ਪਾਓ ਅਤੇ ਉਸਦੇ ਪੈਰਾਂ ਵਿੱਚ ਚੱਪਲਾਂ ਪਵਾਓ। ਇੱਕ ਮੋਟਾ ਬੱਕਰਾ ਲਿਆਓ ਅਤੇ ਉਸਨੂੰ ਕੱਟੋ। ਅਸੀਂ ਦਾਵਤ ਕਰੀਏ ਤੇ ਆਨੰਦ ਲੁੱਟੀਏ, ਕਿਉਂਕਿ ਮੇਰਾ ਬੇਟਾ ਮਰ ਗਿਆ ਸੀ ਪਰ ਹੁਣ ਜਿਉਂਦਾ ਹੈ, ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ। ਤਾਂ ਸਾਰੇ ਲੋਕ ਜਸ਼ਨ ਮਨਾਉਣ ਲੱਗੇ। ਉਸਦਾ ਵੱਡਾ ਬੇਟਾ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁੜ ਰਿਹਾ ਸੀ ਤਾਂ ਉਸਨੇ ਨੱਚਣ ਅਤੇ ਗਾਉਣ ਦੀ ਆਵਾਜ਼ ਸੁਣੀ। ਉਸਨੇ ਇੱਕ ਨੌਕਰ ਨੂੰ ਸੱਦਿਆ ਅਤੇ ਪੁੱਛਿਆ, ਇਹ ਕੀ ਹੋ ਰਿਹਾ ਹੈ? ਨੌਕਰ ਨੇ ਆਖਿਆ, ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ ਕਿਉਂਕਿ ਉਹ ਠੀਕ ਠਾਕ ਵਾਪਸ ਆ ਗਿਆ ਹੈ। ਇਸ ਲਈ ਉਸਦੀ ਦਾਵਤ ਵਾਸਤੇ ਸਭ ਤੋਂ ਵੱਡਾ ਬੱਕਰਾ ਵੱਢਿਆ ਗਿਆ ਹੈ। ਇਹ ਸੁਣ ਕੇ ਉਸਨੇ ਘਰ ਦੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ। ਇਹ ਦੇਖ ਕੇ ਉਸਦਾ ਪਿਤਾ ਬਾਹਰ ਆਇਆ ਅਤੇ ਉਸਨੂੰ ਅੰਦਰ ਆਉਣ ਲਈ ਬੇਨਤੀ ਕੀਤੀ। ਬੇਟੇ ਨੇ ਆਪਣੇ ਪਿਤਾ ਨੂੰ ਕਿਹਾ, ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ, ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ, ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਵਤ ਕਰਨ ਲਈ ਇੱਕ ਬੱਕਰੀ ਦਾ ਬੱਚਾ ਵੀ ਨਹੀਂ ਦਿੱਤਾ। ਪਰ ਜਦੋਂ ਤੁਹਾਡਾ ਇਹ ਬੇਟਾ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਬੱਕਰਾ ਵੱਢਿਆ ਹੈ। ਪਰ ਪਿਤਾ ਨੇ ਵੱਡੇ ਬੇਟੇ ਨੂੰ ਕਿਹਾ, ਬੇਟੇ, ਤੂੰ ਹਮੇਸ਼ਾ ਮੇਰੇ ਕੋਲ ਹੈ, ਇਸ ਲਈ ਜੋ ਕੁਝ ਮੇਰਾ ਹੈ ਉਹ ਤੇਰਾ ਹੀ ਤਾਂ ਹੈ, ਪਰ ਹੁਣ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ ਮਰ ਗਿਆ ਸੀ ਪਰ ਹੁਣ ਉਹ ਜਿਉਂਦਾ ਹੋ ਗਿਆ ਹੈ, ਜਿਹੜਾ ਗੁਆਚਿਆ ਹੋਇਆ ਸੀ ਹੁਣ ਉਹ ਲੱਭ ਗਿਆ ਹੈ।